ਪਰਮ ਸਤਿਕਾਰਯੋਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਅਤੇ ਸਾਰੇ ਪ੍ਰੈਸ ਨਾਲ ਸੰਬੰਧਿਤ ਦੋਸਤੋ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮਾਮਲਾ ਡੈਮੋਕ੍ਰੇਸੀ ਦੇ ਵਿੱਚ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ, ਲਗਾਤਾਰ ਵਾਰ ਵਾਰ ਇਹਦੇ 'ਤੇ ਪ੍ਰਹਾਰ ਹੁੰਦੇ ਨੇ ਅਤੇ ਹਮਲੇ ਹੁੰਦੇ ਨੇ। ਇੱਥੇ ਪੱਤਰਕਾਰਾਂ ਨੇ, ਪੁਰਾਣੇ ਪੱਤਰਕਾਰਾਂ ਨੇ ਐਮਰਜੈਂਸੀ ਵੀ ਦੇਖੀ ਹੈ ਜਦੋਂ ਅਖਬਾਰਾਂ ਟੋਟਲ ਬੰਦ ਸੀ, ਉਦੋਂ ਬਾਅਦ ਦੇ ਵੱਖ ਵੱਖ ਦੌਰ ਵੀ ਦੇਖੇ ਨੇ ਅਤੇ ਸਾਰੀਆਂ ਚੱਲਦੀਆਂ ਰਹੀਆਂ ਨੇ। ਪਰ ਨਾਲ ਦੀ ਨਾਲ ਡੈਮੋਕ੍ਰੇਸੀ ਇਕੱਲੀ ਖਲਾਅ 'ਚ ਨਹੀਂ, ਇਕੱਲੀ ਪੱਤਰਕਾਰਤਾ 'ਤੇ ਹਮਲਾ ਨਹੀਂ ਹੁੰਦਾ ਜਦੋਂ ਹੁੰਦਾ, ਅਤੇ ਓਵਰਆਲ ਸਮਾਜ 'ਤੇ ਹਮਲਾ ਹੁੰਦਾ, ਓਵਰਆਲ ਪੋਲੀਟਿਕਸ 'ਤੇ ਹਮਲਾ ਹੁੰਦਾ। ਬਾਕੀ ਹੈ ਜਿਹੜਾ ਇਹ ਹੈ ਵੀ ਸ਼ਾਇਦ ਮੀਡੀਆ ਆਪਣੇ ਆਪ ਦੇ ਵਿੱਚ ਕੋਈ ਇੰਡੀਪੈਂਡੈਂਟ ਹੈਸੀਅਤ ਹੈ, ਆਜ਼ਾਦ ਹੈਸੀਅਤ ਹੈ। ਪਹਿਲਾਂ ਇਹ ਸਮਝਣਾ ਪਏਗਾ ਕਿ ਜੁੜ ਕੇ ਹੈਸੀਅਤ ਹੈ। ਜਿਹੋ ਜਿਹੀ ਸਿਆਸਤ ਹੋਏਗੀ ਕਿਸੇ ਧਰਤੀ 'ਤੇ, ਜਿਹੋ ਜਿਹਾ ਆਰਥਿਕ ਤੌਰ ਤਰੀਕਾ ਹੋਏਗਾ, ਜਿਹੋ ਜਿਹਾ ਸੱਭਿਆਚਾਰਕ ਕਦਰਾਂ ਕੀਮਤਾਂ ਜਾਂ ਸਮਾਜ ਬਣੂਗਾ, ਉਹੋ ਜਿਹਾ ਮੀਡੀਆ ਬਣੂਗਾ। ਮੀਡੀਆ ਉਹਦਾ ਇੱਕ ਪ੍ਰਦਰਸ਼ਨ ਹੈ, ਉਹਦਾ ਇੱਕ ਸੀਸਾ ਹੈ, ਇਦੋਂ ਬਿਨਾਂ ਕੁਝ ਨਹੀਂ ਹੈ। ਇਸੇ ਕਰਕੇ ਉਹਦੇ ਤੋਂ ਇਕੱਲੇ ਤੋਂ ਇਹ ਉਮੀਦ ਕਰਨਾ ਕਿ ਉਹਦਾ ਕਿਰਦਾਰ, ਉਹਦਾ ਮਿਆਰ, ਉਹਦਾ ਬਾਕੀ ਚੀਜ਼ਾਂ ਬਹੁਤ ਵਧੀਆ ਹੋਣਗੀਆਂ, ਬਾਕੀ ਸਮਾਜ 'ਚ ਕਿਤੇ ਨਹੀਂ ਹੋਏਗਾ। ਹੁਣ ਤਬਦੀਲੀ ਇਹ ਆਈ ਹੈ ਅਸਲ ਦੇ ਵਿੱਚ, ਇੱਕ ਵੱਡਾ ਜਿਹਨੂੰ ਮੇਨ ਸਟ੍ਰੀਮ ਮੀਡੀਆ ਕਹਿੰਦੇ ਆ, ਉਹ ਟੋਟਲ ਕਾਰਪੋਰੇਟ ਕੰਟਰੋਲ 'ਚ, ਉਹਦੀ ਮਾਲਕੀ ਜਿਹੜੀ ਹੈ ਉੱਧਰ ਚਲੀ ਗਈ ਹੈ। ਪੰਜਾਬੀ ਦਾ ਇੱਕ ਮੁਹਾਵਰਾ ਹੈ, ਜਿਹਦੀ ਖਾਈਏ ਬਾਜਰੀ ਉਹਦੀ ਭਰੀਏ ਹਾਜ਼ਰੀ। ਮਤਲਬ ਜਿੱਥੋਂ ਪੈਸਾ ਆਉਂਦਾ ਹੈ ਕਾਰਪੋਰੇਟ ਤੋਂ, ਅਤੇ ਉਹਦੇ ਬੋਲੀ ਬੋਲੇਗਾ, ਉਸ ਹਿਸਾਬ ਨਾਲ ਚੱਲੇਗਾ। ਇੱਕ ਤਾਂ ਇਹ ਸਭ ਤੋਂ ਵੱਡਾ ਪਹਿਲੂ ਹੈ ਕਿ ਉਹ ਲੋਕ ਸਰੋਕਾਰ ਵਾਲਾ ਮੀਡੀਆ ਨਹੀਂ ਬਚੇਗਾ ਜਦੋਂ ਮਾਲਕੀ ਕਿਤੇ ਹੋਰ ਚਲੀ ਜਾਏਗੀ। ਦੂਜਾ ਮੀਡੀਆ ਉਹ ਹੈ ਜਿਹੜਾ ਪੋਲੀਟੀਸ਼ੀਅਨਾਂ ਨੇ ਆਪਣੇ ਲਈ ਚਲਾਇਆ ਹੋਇਆ, ਪੋਲੀਟੀਕਲ ਪਾਰਟੀਆਂ ਨੇ ਆਪਣੇ ਲਈ। ਇਦੋਂ ਪਹਿਲਾਂ ਮੈਗਜ਼ੀਨ ਵੀ ਕੱਢਦੀਆਂ ਸੀ ਪਾਰਟੀਆਂ, ਅਖਬਾਰਾਂ ਵੀ ਚਲਾਉਂਦੀਆਂ ਸੀ, ਟੀ ਵੀ ਮੀਡੀਆ ਵੀ ਹੈ, ਆਈ ਟੀ ਸੈਕਸ਼ਨ ਵੀ ਹੈ। ਉਹ ਬਿਨਾਂ ਸ਼ੱਕ ਆਪਣੀ ਧਾਰਾ 'ਚ ਕੰਮ ਕਰੇਗਾ, ਉਹ ਕੋਈ ਇੰਡੀਪੈਂਡੈਂਟ ਜਾਂ ਬਾਕੀ ਸਭ ਦੀ ਗੱਲ ਬਰਾਬਰੀ 'ਤੇ ਕਰੇਗਾ, ਇਹ ਸੰਭਵ ਨਹੀਂ ਹੈ। ਅਤੇ ਤੀਜੀ ਗੱਲ ਉਸ ਦੇ ਵਿੱਚ ਨਾਲ ਦੀ ਨਾਲ ਇਹ ਆਉਂਦੀ ਹੈ ਜਿਹੜੀ, ਕਿ ਜਿਹੜਾ ਇੱਕ ਮਾਹੌਲ ਬਾਕੀ ਦਾ, ਫਿਰ ਇੰਡੀਵਿਜੁਅਲ ਮੀਡੀਆ ਦਾ ਰਹਿ ਗਿਆ ਜਿਹਦੇ 'ਚ ਕੋਈ ਬਹੁਤ ਜ਼ਿਆਦਾ ਇੰਸਟੀਟਿਊਸ਼ਨ ਨਹੀਂ ਹੈ। ਜਿਹੜਾ ਇੰਸਟੀਟਿਊਸ਼ਨਲਾਈਜ਼ ਮੀਡੀਆ ਦੇਸ਼ ਦਾ ਸਾਡੇ ਸਾਹਮਣੇ ਹੈ, ਅੱਧਾ ਜਿਹੜਾ ਦੇਸ਼ ਦਾ ਸੋ ਕਾਲਡ ਨੈਸ਼ਨਲ ਮੀਡੀਆ ਜਿਹੜਾ ਕਿਹਾ ਜਾਂਦਾ, ਉਹ ਟੋਟਲੀ 99% ਲਗਭਗ ਉਹ ਕੰਟਰੋਲਡ ਹੈ ਕਾਰਪੋਰੇਟ ਅਤੇ ਗੌਰਮੈਂਟ ਦੇ ਐਂਗਲ ਤੋਂ, ਜਿਹਨੂੰ ਅੱਜ ਕੱਲ੍ਹ ਗੋਦੀ ਮੀਡੀਆ ਦਾ ਨਾਮ ਦਿੱਤਾ ਜਾਂਦਾ। ਅਤੇ ਸਟੇਟ ਦੇ ਵਿੱਚ ਵੀ ਜਿਹੜਾ ਸੋ ਕਾਲਡ ਮੇਨ ਸਟ੍ਰੀਮ ਮੀਡੀਆ ਹੈ, ਲਗਭਗ ਐਡਵਰਟਾਈਜਮੈਂਟ ਦੇ ਰੂਪ ਦੇ ਵਿੱਚ, ਕਿਸੇ ਹੋਰ ਡਰ ਦੇ ਰੂਪ ਦੇ ਵਿੱਚ, ਲਾਲਚ ਜਾਂ ਡਰ, ਦੋ ਚੀਜ਼ਾਂ ਨੇ ਜਿਹਦੇ ਨਾਲ ਉਹਨੂੰ ਟੋਟਲੀ ਮੈਨੇਜਡ ਜਾਂ ਨਤਮਸਤਕ ਕਰ ਲਿਆ ਗਿਆ ਆਲਮੋਸਟ। ਮਾੜਾ ਮੋਟਾ ਕਿਸੇ 'ਚ ਕੋਈ ਜਾਣ ਜਾਂ ਇੱਧਰ ਉੱਧਰ ਲਈ, ਉਹ ਅਲੱਗ ਗੱਲ ਹੁੰਦੀ ਹੈ ਕਿ ਤੁਸੀਂ ਉਸ ਪਾਸੇ ਵੱਲ ਚੱਲਦੇ ਹੋ, ਉੱਧਰ ਜਾਣ ਦੀ ਕੋਸ਼ਿਸ਼ ਹੈ। ਇਸੇ ਦੇ ਵਿੱਚੋਂ ਫਿਰ ਜਿਹੜਾ ਆਉਂਦਾ ਇੱਕ ਸੀ ਕਿ ਸ਼ਾਇਦ ਇਹ ਸੂਚਨਾ ਕ੍ਰਾਂਤੀ ਆ ਗਈ ਹੈ, ਸੋਸ਼ਲ ਮੀਡੀਆ ਦਾ ਦੌਰ ਆ ਗਿਆ, ਸੋਸ਼ਲ ਮੀਡੀਆ ਦੇ ਦੌਰ ਦੇ ਵਿੱਚ ਸਾਰੇ ਆਜ਼ਾਦ ਹੋਣਗੇ। ਪਰ ਮੈਨੂੰ ਲੱਗਦਾ ਕਿ ਉਹ ਵੀ ਬਹੁਤਾ ਮੋਨੋਪੋਲਾਈਜ਼ ਹੋ ਗਿਆ ਕੇਂਦਰ ਕਰ, ਜਿਵੇਂ ਜਿਵੇਂ ਵੱਡੇ ਵੱਡੇ ਲੋਕਾਂ ਨੇ ਆਪਦੇ ਆਈ ਟੀ ਸੈੱਲ ਰੱਖੇ ਹੋਏ ਨੇ, ਔਰ ਜਿਹੋ ਜਿਹਾ ਉਹ ਮਿਆਰ ਹੇਠਾਂ ਸਿਰਜਦੇ ਨੇ, ਤੁਸੀਂ ਕੋਈ ਗੱਲ ਕਹਿ ਕੇ ਦੇਖੋ ਦਲੀਲ ਨਾਲ ਵੀ, ਹੇਠਾਂ ਜਿਹੜੀ ਗਾਲੀ ਗਲੋਚ ਦੀ ਭਾਸ਼ਾ, ਜਿਸ ਲੈਵਲ ਦੀ ਭੱਦੀ ਸ਼ਬਦਾਵਲੀ, ਉਹ ਸਾਡੇ ਸਮਾਜ ਦੀ ਇੱਕ ਮਨੋਦਸ਼ਾ ਨੂੰ ਪ੍ਰਗਟ ਕਰਦੀ ਹੈ ਕਿ ਅਸੀਂ ਕਿਹੋ ਜਿਹੇ ਸਮਾਜ 'ਚ ਰਹਿੰਦੇ ਹਾਂ, ਕਿਹੋ ਜਿਹੀ ਦਲੀਲਬਾਜ਼ੀ ਕਰ ਸਕਦੇ ਹਾਂ, ਕਿਹੋ ਜਿਹੀ ਨਹੀਂ। ਇਹਨੂੰ ਜੋੜ ਕੇ ਫਿਰ ਇਹੀ ਇੱਕ ਬੜੀ ਵੱਡੀ ਵਜ੍ਹਾ ਕਿ ਮੀਡੀਆ ਮਾਲਕਾਂ ਦਾ ਹੁੰਦਾ, ਪੱਤਰਕਾਰ ਮੁਲਾਜ਼ਮੀਅਤ ਵਾਲਾ ਹੁੰਦਾ, ਉਹਦੇ ਵਿੱਚ ਇਕੱਲਾ, ਦੋ ਵੱਖ ਵੱਖ ਚੀਜ਼ਾਂ ਨੇ। ਅਤੇ ਜੇ ਇਹਨੂੰ ਰਲਗੱਡ ਕਰ ਦਿੱਤਾ ਜਾਏਗਾ ਤਾਂ ਵੀ ਗੱਲ ਪੂਰੀ ਤਰ੍ਹਾਂ ਮੇਰੇ ਖਿਆਲ ਸਮਝ ਨਹੀਂ ਆਏਗੀ। ਦੋ ਅਲੱਗ ਅਲੱਗ ਚੀਜ਼ਾਂ ਨੇ, ਅੱਧੇ ਬਹੁਤ ਵਧੀਆ ਪੱਤਰਕਾਰ ਵੀ ਉਹਨਾਂ ਸੰਸਥਾਵਾਂ 'ਚ ਤਾਂ ਨੇ ਕਿਉਂਕਿ ਉਹਨੇ ਰੋਜ਼ੀ ਰੋਟੀ ਵੀ ਚਲਾਉਣੀ ਹੈ, ਬੱਚੇ ਪਾਲਣੇ ਨੇ ਅਤੇ ਬਾਕੀ ਚੀਜ਼ਾਂ ਵੀ ਚੱਲਦੀਆਂ ਨੇ। ਅੰਦਰ ਘੁਟਣਾ ਬਹੁਤ ਜ਼ਿਆਦਾ, ਐਸੀ ਕੋਈ ਗੱਲ ਨਹੀਂ ਹੈ ਕਿ ਲੋਕ ਬਿਲਕੁਲ ਜ਼ਮੀਰ ਮਰ ਗਈ, ਬੰਦੇ ਨਹੀਂ ਰਹੇ ਜਾਂ ਫਲਾਨਾ ਨਹੀਂ ਰਹੇ, ਬੜਾ ਕੁਛ ਲੋਕਾਂ ਦੇ ਅੰਦਰ ਅਜੇ ਬਲ ਰਿਹਾ ਉਸ ਪੱਧਰ ਦਾ। ਅਤੇ ਅਗਲੀ ਗੱਲ ਇਹ ਹੈ ਕਿ ਜਿਹੜਾ ਸੋਸ਼ਲ ਮੀਡੀਆ ਦਾ ਸੈਟਅਪ ਹੈ, ਅਜੇ ਤੱਕ ਕੋਈ ਬਹੁਤ ਜ਼ਿਆਦਾ ਰੂਲ ਰੈਗੂਲੇਸ਼ਨ ਨਹੀਂ ਹੈ ਬਣੇ, ਥੋੜ੍ਹੇ ਬਹੁਤ ਆਈ ਟੀ ਰੂਲਸ ਗੌਰਮੈਂਟ ਆਫ ਇੰਡੀਆ ਨੇ ਬਣਾਏ ਨੇ। ਸਭ ਤੋਂ ਕਹਿੰਦੇ ਸੀ ਕਿ ਪਲੇਟਫਾਰਮ ਨੇ, ਯੂਟਿਊਬ ਹੈ, ਫੇਸਬੁੱਕ ਹੈ, ਇੰਟਰਨੈਸ਼ਨਲ ਨੇ, ਤਾਕਤਵਰ ਨੇ, ਇਹ ਕਿਸੇ ਸੱਤਾ ਦੀ ਨਹੀਂ ਮੰਨਦੇ ਅਤੇ ਸਰਕਾਰ ਦੀ ਇੱਕ, ਕਿਉਂਕਿ ਉਹ ਬਿਜ਼ਨਸਮੈਨ ਤਾਂ ਹੈ ਨੇ ਨਾ, ਸਰਕਾਰ ਦੀ ਇੱਕ ਘੁਰਕੀ ਜਾਂਦੀ ਹੈ, ਪੇਜ ਉੱਡ ਜਾਂਦਾ, ਫੇਸਬੁੱਕ ਉੱਡ ਜਾਂਦੀ ਹੈ, ਕੋਈ ਇੰਟਰਨੈਸ਼ਨਲ ਬਿਜ਼ਨਸਮੈਨ ਨਹੀਂ ਖੜਦਾ ਕਿਸੇ ਤਾਕਤ ਦੇ ਸਾਹਮਣੇ, ਉਹਦਾ ਬਿਜ਼ਨਸ ਠੱਪ ਹੋਣ ਦੀ ਗੱਲ ਹੋ ਜਾਂਦੀ ਹੈ, ਉਹ ਕਹਿੰਦੇ ਸਾਡੀ ਸਟੇਟ 'ਚੋਂ ਤੈਨੂੰ ਹਟਾ ਦਿੱਤਾ ਜਾਏਗਾ। ਇਹਦਾ ਮਤਲਬ ਉਹ ਇੰਡੀਪੈਂਡੈਂਟ ਪਲੇਟਫਾਰਮ ਜਿਹਨੂੰ ਜੈਂਟ ਕਹਿੰਦੇ ਸੀ,
ਉਹਨਾਂ ਦੀਆਂ ਲਗਤਾਂ 'ਚ ਵੀ ਜਾਨ ਉਹ ਨਹੀਂ ਹੈ ਕਿ ਉਹ ਇੰਡੀਪੈਂਡੈਂਟ ਸਾਨੂੰ ਪਲੇਟਫਾਰਮ ਦੇ ਰੂਪ ਦੇ ਵਿੱਚ ਚੀਜ਼ਾਂ ਦੇਣਗੇ ਅਤੇ ਉੱਥੇ ਜਾ ਕੇ ਉਹ ਖਤਮ ਹੋ ਜਾਏਗਾ। ਇਸੇ ਲਈ ਜਿਹੜਾ ਅੱਜ ਕੱਲ੍ਹ ਦਾ ਦੌਰ ਹੈ ਮੈਨੂੰ ਲੱਗਦਾ ਇਹ ਡਬਲ ਹੈ। ਜਿਵੇਂ ਜਿਵੇਂ ਨਾਗਰਿਕ ਆਜ਼ਾਦੀਆਂ ਕਰਟੇਲ ਕੀਤੀਆਂ ਜਾਂਦੀਆਂ ਨੇ, UAPA ਲਾ ਕੇ ਸੈਂਕੜੇ ਬੰਦਿਆਂ ਦੀ ਜ਼ਮਾਨਤ ਨਹੀਂ ਹੋ ਰਹੀ ਬੜੇ ਲੰਮੇ ਸਮੇਂ ਤੋਂ ਪੂਰੇ ਦੇਸ਼ ਦੇ ਵਿੱਚ, ਕਦੇ ਯੂਨੀਵਰਸਿਟੀਆਂ ਦੇ ਵਿੱਚ ਇੱਕ BBC ਕੁਐਸਚਨ ਨਾਮ ਦੀ ਡਾਕੂਮੈਂਟਰੀ ਦਿਖਾਉਣ ਕਰਕੇ ਬੱਚਿਆਂ 'ਤੇ ਮੁਕੱਦਮੇ ਦਰਜ ਹੁੰਦੇ ਨੇ, ਉਹ ਕਿਸੇ ਨੇ ਬਣਾਈ ਪਬਲਿਕ ਡੋਮੇਨ 'ਚ ਹੈ, ਉੱਥੇ ਕੋਈ ਪਾਬੰਦੀ ਨਹੀਂ ਲੱਗੀ, ਨਾ ਗੌਰਮੈਂਟ ਨੇ ਲਾਈ ਉਹਦੇ ਵੀ ਕਿੰਨੀਆਂ ਜੋ ਘੱਟੋ ਘੱਟ ਦਰਜਨ ਤੋਂ ਵੱਧ ਯੂਨੀਵਰਸਿਟੀਆਂ 'ਚ ਪਰਚੇ ਦਰਜ ਨੇ ਸਟੂਡੈਂਟਾਂ ਦੇ ਉੱਤੇ ਕਿ ਜੇਕਰ ਉਹ ਦਿਖਾ ਰਹੇ ਨੇ। ਇਹਦਾ ਮਤਲਬ ਵਿਚਾਰਾਂ ਦੀ ਆਜ਼ਾਦੀ ਇਕੱਲਾ ਮੀਡੀਆ ਤੱਕ ਮਹਦੂਦ ਨਹੀਂ ਹੈ, ਵਿਚਾਰਾਂ ਦੀ ਆਜ਼ਾਦੀ ਦਾ ਗਲਾ ਓਵਰਆਲ ਸਮਾਜ 'ਚ ਘੁੱਟਿਆ ਜਾ ਰਿਹਾ। ਅਤੇ ਜਦੋਂ ਸਮਾਜ ਖਾਮੋਸ਼ ਹੈ ਉਹਦੇ ਬਾਰੇ, ਜਦੋਂ ਸਿਆਸਤ ਖਾਮੋਸ਼ ਹੈ ਉਹਦੇ ਬਾਰੇ, ਤਾਂ ਉਹ ਖਾਮੋਸ਼ੀ ਕੀ ਕਹਿੰਦੀ ਆ? ਉਹ ਕਹਿੰਦੀ ਆ ਵੀ ਜਿਵੇਂ ਤੁਸੀਂ ਕਰਦੇ ਹੋ ਅਸੀਂ ਤੁਹਾਡੇ ਨਾਲ ਆ। ਖਾਮੋਸ਼ੀ ਵੀ ਜ਼ੁਲਮ ਦੇ ਨਾਲ ਖੜ੍ਹੇ ਹੋਣ ਦੀ ਇੱਕ ਪ੍ਰਤੀਕ ਬਣ ਜਾਂਦੀ ਹੈ ਉਸੇ ਪੱਧਰ ਦੀ, ਜਦੋਂ ਵੀ ਅਸੀਂ ਇਹ ਗੱਲ ਕਰਦੇ ਹਾਂ। ਔਰ ਇਸੇ ਕਰਕੇ ਸਭ ਤੋਂ ਖਤਰਨਾਕ ਮੈਨੂੰ ਇਹ ਪੰਜਾਬ 'ਚ ਲੱਗਦਾ ਹੈ। ਪੰਜਾਬ ਜਿਹਨੇ ਬਹੁਤ ਵੱਡਾ ਕਿਸਾਨ ਅੰਦੋਲਨ ਦੀ ਅਗਵਾਈ ਕੀਤੀ ਹੈ, ਅੱਜ ਵੀ ਜਗ੍ਹਾ ਜਗ੍ਹਾ ਲੋਕ ਲੜ ਰਹੇ ਨੇ, ਚਾਹੇ ਉਹ ਜੀਰੇ 'ਚ ਹੋਣ, ਚਾਹੇ ਉਹ ਲਤੀਫਪੁਰੇ ਹੋਣ, ਚਾਹੇ ਉਹ ਕੌਮੀ ਇਨਸਾਨ ਮੋਰਚੇ ਵਾਲੇ ਹੋਣ, ਚਾਹੇ ਡਿਫਰੈਂਟ ਟਾਈਪ ਦੇ ਕੋਈ ਵੀ ਗੱਲਾਂ ਹੋਣ, ਚਾਹੇ ਉਹ ਪਾਣੀ 'ਤੇ ਫਰੀਦਕੋਟ ਇੱਕ ਮੋਰਚਾ ਲੱਗ ਗਿਆ, ਵੱਖ ਵੱਖ ਚੀਜ਼ਾਂ ਹੋ ਰਹੀਆਂ ਨੇ। ਇਹੋ ਜਿਹੇ ਦੇ ਬਾਵਜੂਦ ਸਰਕਾਰ 'ਚ ਇੰਨੀ ਹਿੰਮਤ ਹੋਵੇ ਕਿ ਉਹ ਪੇਜ ਵੀ ਉਡਾ ਦੇ ਅਤੇ ਬੰਦਿਆਂ ਨੂੰ ਥਾਣੇ ਛੱਡ ਛੱਡ ਜਲੀਲ ਕਰੇ, ਡਰਾਏ ਭੈ ਦਾ ਇੱਕ ਵਾਤਾਵਰਨ ਬਣਾਏ, ਤਾਂ ਇਹ ਮੈਨੂੰ ਲੱਗਦਾ ਸਮੁੱਚੇ ਪੰਜਾਬੀਆਂ 'ਤੇ ਅਤੇ ਖਾਸ ਤੌਰ 'ਤੇ ਉਸ ਸਿੱਖ ਕਮਿਊਨਿਟੀ 'ਤੇ ਜਿਹੜੀ ਕਹਿੰਦੀ ਹੈ ਕਿ ਅਸੀਂ ਜ਼ੁਲਮ ਦੇ ਖਿਲਾਫ ਕਦੇ ਨਹੀਂ ਉਹ ਕਰਦੇ, ਉਹ 'ਤੇ ਬਹੁਤ ਬੜਾ ਧੱਬਾ। ਇਹ ਸਰਕਾਰਾਂ ਆਪਣਾ ਢੰਗ ਕਰਦੀਆਂ ਨੇ, ਪਰ ਸਾਡਾ ਰਿਐਕਸ਼ਨ ਕੀ ਹੈ ਇਹ ਸਾਨੂੰ ਆਪ ਤੈਅ ਕਰਨਾ ਪੈਂਦਾ ਨਾ, ਅਸੀਂ ਕੀ ਕਰ ਰਹੇ। ਜਿੰਨੀਆਂ ਵੀ ਜ਼ਿਆਦਾ, ਕੱਲ੍ਹ ਹੀ ਇੱਕ ਮੁੰਡਾ ਫੜਿਆ ਸੀ ਸੁਖਨਾਇਬ ਸਿੱਧੂ, ਕਿੰਨਾ ਮੀਡੀਆ ਬੋਲਿਆ ਉਹਦੇ 'ਤੇ, ਕਿੰਨੇ ਚੈਨਲਾਂ ਨੇ ਉਹ 'ਤੇ ਡਿਬੇਟ ਕੀਤੀ, ਕਿੰਨੇ ਅਖਬਾਰਾਂ ਨੇ ਉਹ 'ਤੇ ਆਵਾਜ਼ ਉਠਾਈ, ਕਿੰਨੇ ਬੰਦਿਆਂ ਨੇ ਉਹਦੇ 'ਤੇ ਆ ਕੇ ਭੀੜ ਖੜੀ ਕਰਤੀ ਥਾਣੇ ਦੇ ਮੂਹਰੇ ਜਾ ਕੇ। ਬਠਿੰਡੇ ਦੇ ਪੱਤਰਕਾਰ ਵੀ ਬਹੁਤ ਨੇ, ਪੰਜਾਬ 'ਚ ਵੀ ਬਹੁਤ ਨੇ, ਕਿੰਨੇ ਜਾ ਕੇ ਗਏ ਕਿਸੇ SSP ਦੇ, ਕਿਸੇ IG ਦਾ, ਕਿਸੇ ਦਾ ਦਫ਼ਤਰ ਘੇਰ ਲਿਆ ਹੋਵੇ। ਇਸ ਲਈ ਉਹ ਚਾਰ ਉਂਗਲਾਂ ਸਾਡੇ ਵੱਲ ਵੀ ਨੇ, ਇਕੱਲਾ ਉਹਨਾਂ ਵੱਲ ਨਹੀਂ ਕਿ ਉਹਨਾਂ ਨੇ ਜੋ ਕੁਛ ਕਰਨਾ। ਔਰ ਸ਼ਾਇਦ ਮੈਨੂੰ ਇਹ ਲੱਗਦਾ ਕਿ ਜੇ ਅੱਜ ਦੀ ਇਹ ਮੀਟਿੰਗ ਨਾ ਹੁੰਦੀ, ਸ਼ਾਇਦ ਉਹ ਬਿਡਰਾ ਨਹੀਂ ਸੀ ਆਉਣਾ ਉੱਥੋਂ। ਉਹਦਾ ਇੱਕ ਦਬਾਅ ਹੁੰਦਾ ਵੀ ਕੱਲ੍ਹ ਨੂੰ ਸ਼ਾਇਦ ਕੋਈ ਪ੍ਰੋਗਰਾਮ ਹੀ ਨਾ ਬਣ ਜੇ, ਕੋਈ ਇਹੋ ਜਿਹਾ ਗੱਲ ਹੋ ਜੇ, ਨਵਾਂ ਪੰਗਾ ਪੈ ਜੇ, ਜੇ ਉਹ ਸਾਰਾ ਕੁਝ ਇਹੋ ਜਿਹਾ ਹੋ ਜਾਂਦਾ ਕਈ ਵਾਰ। ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖ ਕੇ ਜਿੰਨਾ ਸਾਡੇ ਕੋਲ ਅਜੇ, ਬਿਲਕੁਲ ਭਾਈ ਸਾਹਿਬ ਨੇ ਪਹਿਲਾਂ ਜਿਹੜੇ ਬੋਲ ਰਹੇ ਸੀ ਠੀਕ ਕਿਹਾ ਕਿ ਜਿਹੜਾ YouTube ਚੈਨਲਾਂ ਦਾ ਦੌਰ ਹੈ, ਇੱਥੇ ਬਹੁਤ ਜ਼ਿਆਦਾ ਇਹੋ ਜਿਹੇ ਸੱਜਣ ਵੀ ਆਏ ਨੇ ਜਿਨ੍ਹਾਂ ਨੂੰ ਜਰਨਲਿਜ਼ਮ ਦੇ ਲਾਅ ਦਾ, ਕਾਂਸਟੀਟਿਊਸ਼ਨ ਦਾ, ਕਾਂਸਟੀਟਿਊਸ਼ਨ ਦੇ ਵਿੱਚ ਮਿਲੀਆਂ ਆਜ਼ਾਦੀਆਂ ਦਾ ਅਸੀਂ ਕਿਸ ਢੰਗ ਨਾਲ ਪੇਸ਼ ਕਰਨਾ ਨਹੀਂ ਅਜੇ ਤੱਕ ਪਤਾ। ਉਹ ਟ੍ਰੇਨਿੰਗ ਦੇ ਦੌਰ 'ਚੋਂ ਨਹੀਂ ਗੁਜ਼ਰੇ। ਹਰ ਫੀਲਡ, ਹਰ ਚੀਜ਼ ਇੱਕ ਟ੍ਰੇਨਿੰਗ ਮੰਗਦਾ ਹੁੰਦਾ ਕਿ ਤੁਹਾਨੂੰ ਇੰਨੀ ਚੀਜ਼ ਚਾਹੀਦੀ ਹੈ, ਦੂਜੇ ਦਾ ਵਰਜਨ ਕਿਉਂ ਜ਼ਰੂਰੀ ਹੈ, ਬਾਕੀ ਦਾ ਚੀਜ਼ਾਂ ਕਿਉਂ ਜ਼ਰੂਰੀ ਨੇ, ਇਹ ਸਾਰੀਆਂ ਚੀਜ਼ਾਂ ਵੀ ਨਾਲ ਜੋੜ ਕੇ ਦੇਖਣੀਆਂ ਪੈਂਦੀਆਂ ਨੇ। ਕੋਈ ਇਹੋ ਜਿਹਾ ਚਾਹੇ ਆਪਣੇ ਆਪ ਵਿਧੀ ਵਿਧਾਨ ਬਣੇ, ਚਾਹੇ ਸਾਰੇ ਜਿਹੜੇ ਵੀ ਕਰੰਟ ਅਫੇਅਰ ਅਤੇ ਨਿਊਜ਼ ਚੈਨਲ ਦੇ ਵਿੱਚ ਪ੍ਰਾਈਵੇਟ 'ਚ ਨਿੱਜੀ ਤੌਰ 'ਤੇ ਆਪਣੇ ਨਾਲ ਚੱਲਣਾ ਚਾਹੁੰਦੇ ਨੇ, ਉਹ ਆਪਣੇ ਆਪ ਵੀ ਕੋਈ ਸਿਸਟਮ ਬਣਾਉਣ, ਕੋਈ ਮਿਨੀਮਮ ਟ੍ਰੇਨਿੰਗ ਦਾ ਲੈਵਲ ਕਿ ਸਾਡਾ ਆਹ ਸਿਸਟਮ ਹੈ ਅਤੇ ਆਹ ਲਾਓ, ਆਹ ਸਾਡੇ 'ਤੇ ਲਾਗੂ ਹੈ, ਅਸੀਂ ਆਪਣੇ ਘੱਟੋ ਘੱਟ ਉਸ ਦਾਇਰੇ 'ਚ ਰਹਿਣਾ, ਜਿਹੜਾ ਦਾਇਰਾ ਇੱਕ ਬਹੁਤ ਜ਼ਿਆਦਾ ਮਤਲਬ ਇਹੋ ਜਿਹਾ ਨਾ ਹੋਵੇ ਜਿਹੜਾ ਕਿ ਖਤਰਨਾਕ ਹੱਦ ਤੱਕ ਪਾਰ ਕਰ ਜਾਏ, ਜਿਸ ਲੈਵਲ ਦੀਆਂ ਚੀਜ਼ਾਂ ਹੁੰਦੀਆਂ ਨੇ। ਔਰ ਇਸੇ ਕਰਕੇ ਉਹ ਬਿਲਕੁਲ ਨਾ ਹੋਣਾ। ਪਿਛਲੇ ਦਿਨਾਂ ਦੇ ਵਿੱਚ ਇੱਕ ਮੀਟਿੰਗ ਚੰਡੀਗੜ੍ਹ ਹੋਈ ਸੀ 15-18 ਸੱਜਣ, ਜਦੋਂ SSP ਬੁਲਾਉਣ ਲੱਗ ਗਏ ਸੀ ਅਤੇ ਉਹ DGP ਨਾਲ ਗੱਲ ਹੋਈ, ਬਾਕੀ ਨਾਲ ਉਹ ਬੁਲਾਉਣਾ ਛੱਡ ਗਏ ਸੀ, ਮੁੜ ਕੇ ਫਿਰ ਆਪਣੇ ਆਪਣੇ ਉਹਦੇ ਚੱਕਰ 'ਚ ਪੈ ਗਏ ਵਿਊਜ਼ ਦੇ, ਫਿਰ ਆਪਣਾ ਚੱਲ ਗਿਆ ਕੰਮ, ਮੁੜ ਕੇ ਕੋਈ ਮੀਟਿੰਗ ਨਹੀਂ ਹੋਈ, ਨਾ ਕੋਈ ਆਇਆ ਨਾ ਕੋਈ ਗਿਆ ਦੁਬਾਰਾ। ਇਹ ਕੈਜੂਅਲ ਕੰਮ ਨਹੀਂ ਹੁੰਦੇ, ਇਹ ਨਿੱਤ ਦਿਨ ਦੀ ਗੱਲ ਹੁੰਦੀ ਹੈ, ਰੋਜ਼ਾਨਾ ਦੀਆਂ ਚੀਜ਼ਾਂ ਹੁੰਦੀਆਂ ਨੇ ਜਿਹਦੇ 'ਚ ਉਸ ਲੈਵਲ 'ਤੇ ਸਟੈਂਡ ਕਰਨ ਦਾ ਕੁਐਸਚਨ ਜਿਹੜਾ ਹੁੰਦਾ ਹੈ। ਔਰ ਇਸੇ ਕਰਕੇ ਮੈਨੂੰ ਇਹ ਲੱਗਦਾ ਕਿ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਇਹ ਮਾਹੌਲ ਚੱਲ ਰਿਹਾ ਬਿਲਕੁਲ ਹੀ, ਕਿ ਜਾਂ ਤੂੰ ਮੇਰੇ ਨਾਲ ਹੈ ਜਾਂ ਤੂੰ ਵਿਰੋਧੀ ਨਾਲ ਹੈ, ਵਿਚਲਾ ਕੁਝ ਵੀ ਨਹੀਂ ਹੁੰਦਾ। ਡੈਮੋਕ੍ਰੇਸੀ ਇਹਨਾਂ ਲੀਹਾਂ 'ਤੇ ਨਹੀਂ ਚੱਲਦੀ। ਸਰਕਾਰਾਂ ਇਹ ਮਹਿਸੂਸ ਕਰਦੀਆਂ ਨੇ ਕਿ ਜਿਹੜਾ ਵੀ ਗੱਦੀ 'ਤੇ ਆ ਜਾਂਦਾ ਹੈ ਕਿ ਮੈਂ ਸਦਾ ਬੈਠੇ ਰਹਿਣਾ, ਸਦਾ ਇੱਥੇ ਕੋਈ ਨਹੀਂ ਰਿਹਾ, ਨਾ ਰਹਿਣਾ ਨਾ ਕਦੇ ਕਰਨਾ, ਅਤੇ ਚੱਲਦਾ ਰਹਿੰਦਾ ਹੈ ਵਹੀਰ ਉਸੇ ਤਰੀਕੇ ਦੇ ਨਾਲ, ਆਪੋ ਆਪਣੇ ਤਰੀਕਿਆਂ ਦੇ ਨਾਲ। ਇੱਕ ਤਾਂ ਕੋਈ ਨਾ ਕੋਈ ਰੂਲਜ਼ ਰੈਗੂਲੇਸ਼ਨ ਜੇਕਰ ਉਸ ਲੈਵਲ ਦੇ ਫਰੇਮ ਨਹੀਂ ਹੁੰਦੇ, ਔਰ ਕਈ ਵਾਰ ਰੌਲੇ ਪਏ ਨੇ ਮੀਡੀਆ ਦੇ। ਬਠਿੰਡੇ ਦੇ ਪੱਤਰਕਾਰਾਂ ਦੀ ਮੈਂ ਪੁਰਾਣੀ 15 ਸਾਲ ਪੁਰਾਣੀ ਗੱਲ ਦੱਸਦਾ, ਪੁਲਿਸ ਵਾਲਿਆਂ ਨੇ
इन्हां दे टायरां दी हवा करती वो पिछे जा रहे सी कि पुलिस कित्थे जा रही है, किसी खास बकूए दे किसे उत्थे जा रही है देखण जाणा है। 15 दिन हड़ताल रखी, 20 दिन इत्थे, फिर किसी ने नहीं सुनी। चंडीगढ़ दे विच इक प्रोटेस्ट होया 17 सैक्टर दे विच, सरकार आ गई भज के, गल करो जी, चीफ मिनिस्टर ने भी बुला ले, बाकी क्योंकि जगह का भी एक असर पैंदा है। रिमोट का पत्रकार सब तो ज़्यादा खतरनाक माहौल च विचर रहा है। जिले का उदू सौख है, राजधानी वाला उदू सौख है, ये भी एक बहुत बड़ा फर्क है। मीडिया अपने आप सारा कुछ इको जहा नहीं है, प्रोटेक्शन का लैवल भी अगे तो अगे जाता है, किसी हेठा वध धमकाया जाता है, उपर उस लैवल की गल जाती है। तो उदो एक डिसीजन हो गया गौरमेंट का कि पत्रकारों के मामले के कोई भी केस होएगा मीडिया एडवाइजर चीफ मिनिस्टर का होएगा, पत्रकारों के नुमाइंदे होंगे, पब्लिक रिलेशन डिपार्टमेंट का डायरैक्टर होएगा, जे कोई कार्रवाई होंगी भी है तो DSP रैंक का अधिकारी पहला जांच करेगा, जांच करने तो बाद इस कमेटी को दसया जाएगा, उदू बाद कोई गिरफ्तारी या बाकी दी चीज़ा होंगी। दोनों गौरमेंटा च होया, मैं उदा आई विटनेस हाँ, वह प्रकाश सिंह बादल जो चीफ मिनिस्टर से अमरिंदर सिंह जो चीफ मिनिस्टर, दो रौले पे जिहड़े वड्डे उस लैवल के उत्ते। तो अजकल तो मेरे ख्याल हाई होर माहौल जो मनदीप ठीक कह के गया कि एक टैलीविजन चैनलों फोन जाता कि बंद कर दो, ये प्रेस कॉन्फ्रेंस नहीं चलेगी, बंद कर दो, आ चीज़ा नहीं चलनगियाँ, तो परचून की दुकान कर लो, कहदे लई चैनल खोलने ने, तो कहदे लई अखबार, तो रोजी रोटी लई होर बहुत साधन ने, क्योंकि इस फील्ड च आए बंदे तो उम्मीद की जाती है कि वह तमाम गलों के बावजूद स्टैंड करेगा, कितने खड़ेगा, कोई गल बोलेगा, किसी ना किसी गल के आवाज़ आएगी उस पद्धर की। इस करके ये गल जरूर है कि एक सिस्टम बने बनना चाहिए, कोई जिहड़े सिस्टम दे विच रह के जेकर कोई कार्रवाई करनी है तो वह कार्रवाई का एक तरीका होना चाहिए। जे किसी ने कोई बिल्कुल क्राइम, तो पत्रकार कोई क्राइम किहड़ा नहीं कर सकता, एक क्राइम है उहदे प्रोफेशन च चलदे दौरान, जिवें मंदी इहदा मामला सीगा सुखनायब दा, तुसीं उहनां दे कॉन्टैक्ट नोट्स दे सकदे हो, मानहानि दा नोट्स दे सकदे हो, 153 ए ला दोगे कि दो भाईचारिआं च फुट पवाती, दो लड़ाई ते खड़े ने, पता नहीं की हो जाएगा। जे किसी ने चोरी की है, चोरी का मुकदमा दोगे जो 302 ला दोगे वो चाके, ये जो एक चाल चलना जो बिना देखे परखे जो भी मर्जी कर जो रिवाज है, ये बिना किसी सिस्टम बने नहीं रुकना, और बहुत जरूरी है इस गल। और नाल दी नाल भी है कि कल्ला मेरे ते पई है उन्ना चिर नहीं बोलना, सानू उदो भी चाहिए सी जो सदीकी कफन गुजरात की एक दलित बलात्कार कुड़ी का केस अजे करन जा रहा है, पुलिस को पता लग गया कि जाके उत्थे दंगा करवाऊगा, कोई रिपोर्ट नहीं की थी, कोई वीडियो अजे बनाई हो नहीं, पहले ही तुहानू ये हो गया, वह बंदे की जमानत 1.5 साल बाद हुई है, हजे भी जमानत हुई है। इसलिए यह गल सानू गुरु अर्जन गुरु तेग बहादुर साहब तो सीखनी पएगी, बाकी गल्लां जिथे मर्जी ने, जनेऊ का मामला सी, बुत पूजा का मामला सी, विचारधारा के टोटल अगेंस्ट सी, पर जब उन्होंने भी जबरदस्ती हुई तो गुरु सिर देण चले गए कि कोई गल नहीं, जबर ही नहीं किसी नाल होण दित्ती जाएगी, बाकी जो मर्जी है। ये ह्यूमन राइट्स का वड्डा दायरा खिंचिया साडे सामने, जिहड़ा किसी पछाण दे जां वखरे होण दे जां वखरे दी बजाय कल्ला अपना करांगे, कल्ला उत्थे तक सीमित नहीं है, उदू वड्डे दायरे का सवाल है, और तां जाके एक लीड होंदी है, एक अगवाई होंदी है। मैनूं लगदा इह इकट्ठ अज दा जिहड़ा जथेदार साहब ने पहलकदमी की है, एक बहुत चंगी मेरे ख्याल इहो जी पहलकदमी पहली वारी होई है, तो एक चर्चा होएगी, तो इहदे च कोई सुहिरदता दे नाल मतलब कोई ना कोई उस लैवल का प्रोग्राम बनेगा, और लाजमी है कि आने वाले दिनों थोड़ा चैक एंड बैलेंस उद्दे हो जाएंगे, होण जां ना होण, जिन्हें इत्थे असीं उन्होंने प्रतिज्ञा जरूर करनी पएगी कि जो भी जेन्युइन चीज़ है पत्रकारी करो, नहीं पत्रकारी छड़ दो कुछ होर कर लियो, चाहे जेल जाओ चाहे ना जाओ, वो एक अलग सवाल है, तो अपने आप से भी किदा किसी भी कम्यूनिटी को रखना पएगा। बहुत बहुत मेहरबानी, वाहेगुरू जी का खालसा, वाहेगुरू जी की।